ਹਾਂ ਜੀ ਨਮਸਕਾਰ ਦੋਸਤੋ, ਆਰਮੀ ਲਾਈਵ ਮੀਡੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਤੁਹਾਡਾ ਆਪਣਾ ਰੁਪੇਸ਼ ਬਾਂਸਲ। ਅੱਜ ਪੂਰੇ ਦਿਨ ਤੋਂ ਇੱਕ ਖਬਰ ਚੱਲ ਰਹੀ ਸੀ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਫਾਜ਼ਿਲਕਾ ਦੇ ਵਿੱਚ ਦੋ ਵਿਅਕਤੀਆਂ ਦੀਆਂ ਅੱਖਾਂ ਦੇ ਵਿੱਚ ਮਿਰਚਾਂ ਪਾ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਲੱਖਾਂ ਰੁਪਏ ਦੀ ਜਿਹੜੀ ਲੁੱਟ ਵੀ ਕੀਤੀ ਗਈ ਹੈ। ਉਸ ਪੂਰੇ ਮਾਮਲੇ ਸੰਬੰਧੀ ਜਾਣਕਾਰੀ ਲਵਾਂਗੇ, ਮੇਰੇ ਨਾਲ ਮੌਜੂਦ ਹੈ ਥਾਣਾ ਸਿਟੀ ਦੇ SHO ਲੇਖਰਾਜ ਬੱਟੀ, ਜਿਨ੍ਹਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਜਾਣਾਂਗੇ ਕਿ ਪੂਰੀ ਵਾਰਦਾਤ ਕੀ ਸੀ ਔਰ ਇਸ ਮਾਮਲੇ ਦੇ ਵਿੱਚ ਕੀ ਖੁਲਾਸੇ ਜਿਹੜੇ ਕੀਤੇ ਗਏ ਹੈ। ਤਾਂ ਸਰ ਕੀ ਕਹੋਗੇ, ਕਿਸ ਤਰ੍ਹਾਂ ਦੀ ਵਾਰਦਾਤ ਹੋਈ ਹੈ, ਕਿਹਾ ਜਾ ਰਿਹਾ ਕਿ ਲੱਖਾਂ ਰੁਪਏ ਦੀ ਲੁੱਟ ਹੋ ਗਈ, ਅੱਖਾਂ ਦੇ ਵਿੱਚ ਮਿਰਚਾਂ ਪਾ ਕੇ ਜਿਹੜੇ ਹੈ ਉਹ ਪੈਸੇ ਲੁੱਟ ਲੈ ਗਏ, ਤਾਂ ਕੀ ਕਹੋਗੇ ਇਸ ਮਾਮਲੇ ਨੂੰ ਲੈ ਕੇ? ਇਸ ਮਾਮਲੇ ਬਾਰੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਰਾਤ ਕਰੀਬ 8:30 ਵਜੇ ਸੁਗਰੀਵ ਨਾਂ ਦਾ ਤੇ ਇੱਕ ਸੋਨੂੰ ਕਾਲੜਾ ਨਾਂ ਦੇ ਜਿਹੜੇ ਸੀਗੇ ਗੁਪਤਾ ਗੈਸ ਗਡਾਉਣ ਤੋਂ ਕੁਛ ਕੈਸ਼ ਲੈ ਕੇ ਤੇ ਸਿਵਲ ਲਾਈਨ ਫਾਜ਼ਿਲਕਾ ਆ ਰਹੇ ਸੀਗੇ। ਜਦੋਂ ਟੀ ਪੁਆਇੰਟ ਵਾਧਾ 'ਤੇ ਪਹੁੰਚੇ ਤੇ ਉਹਨਾਂ 'ਤੇ ਕੁਛ ਅਗਿਆਤ ਵਿਅਕਤੀਆਂ ਨੇ ਹਮਲਾ ਕੀਤਾ ਤੇ ਇਹ ਉਹਨਾਂ ਨੇ ਸਾਨੂੰ ਆਪਣੇ ਬਿਆਨ 'ਚ ਲਿਖਾਇਆ, ਜਿਹੜਾ ਅਸੀਂ ਤੁਰੰਤ ਉਹਨਾਂ ਦਾ ਬਿਆਨ ਲਿਖਣ ਤੋਂ ਬਾਅਦ FIR ਨੰਬਰ 19 May 18, 2024 ਅੰਡਰ ਸੈਕਸ਼ਨ 379B IPC ਅਸੀਂ ਦਰਜ ਕਰਕੇ ਤੇ ਉਹਦੀ ਤਫਤੀਸ਼ ਅਮਲ 'ਚ ਲਿਆਂਦੀ। ਜਦੋਂ ਇਹ ਸਾਰੇ ਮਾਮਲੇ ਦੀ ਪੜਤਾਲ ਕੀਤੀ ਗਈ, ਜਿਹੜਾ ਕੈਸ਼ ਹੈ ਉਹ ਬਿਲਕੁਲ ਨਹੀਂ ਗਿਆ, ਕੈਸ਼ ਬਿਲਕੁਲ ਸੇਫ ਸੀਗਾ ਤੇ ਅੱਗੇ ਅਸੀਂ ਇਹਦੀ ਫਰਦਰ ਤਫਤੀਸ਼ ਕਰ ਰਹੇ ਹਾਂ। ਸਰ ਕਿਹਾ ਗਿਆ ਸੀ ਲੱਖਾਂ ਰੁਪਏ ਦੀ ਲੁੱਟ ਹੋ ਗਈ, ਕਿਹਾ 12-13 ਲੱਖ ਰੁਪਏ ਰੋਜ਼ ਹੀ ਹੁੰਦੇ ਸੀ ਉਹਦੇ ਕੋਲ ਤੇ ਤੁਸੀਂ ਕਹਿ ਰਹੇ ਹੋ ਕੋਈ ਲੁੱਟ ਹੀ ਨਹੀਂ ਹੋਈ, ਕਿਵੇਂ ਸਰ? ਨਹੀਂ ਬਿਲਕੁਲ ਕੋਈ ਪੈਸਾ ਨਹੀਂ ਗਿਆ, 1 ਰੁਪਿਆ ਵੀ ਨਹੀਂ ਗਿਆ ਜੀ। ਬਿਲਕੁਲ, ਤਾਂ ਹੁਣ ਅਗਲੀ ਕਾਰਵਾਈ ਸਰ ਇਸ ਮਾਮਲੇ 'ਚ ਕੀ ਰਹੇਗੀ? ਅੱਗੇ ਅਸੀਂ ਤਫਤੀਸ਼ ਕਰ ਰਹੇ ਹਾਂ, ਜਿਹੜੀ ਇਹ ਸਾਡੀ ਖੁਫੀਆ ਤਫਤੀਸ਼ ਹੈ ਅਸੀਂ ਤੁਹਾਨੂੰ ਇਹ ਡਿਸਕਲੋਜ਼ ਨਹੀਂ ਕਰ ਸਕਦੇ ਜੀ, ਜਲਦੀ ਤੁਹਾਨੂੰ ਇਹਦਾ ਸਿੱਟਾ ਕੱਢ ਕੇ ਤੇ ਤੁਹਾਡੇ ਸਾਹਮਣੇ ਲਿਆਵਾਂਗੇ। ਤਾਂ ਬਿਲਕੁਲ, ਇਹ ਸਰ ਥਾਣਾ ਸਿਟੀ ਦੇ SHO ਲੇਖਰਾਜ ਬੱਟੀ ਜਿਨ੍ਹਾਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਵਾਰਦਾਤ ਤਾਂ ਹੋਈ ਹੈ ਲੇਕਿਨ ਪੈਸਿਆਂ ਦੀ ਲੁੱਟ ਦੀ ਜਿਹੜੀ ਗੱਲ ਹੈ ਉਹ ਬਿਲਕੁਲ ਗਲਤ ਹੈ, ਕਿਸੇ ਤਰ੍ਹਾਂ ਦੀ ਪੈਸਿਆਂ ਦੀ ਲੁੱਟ ਨਹੀਂ ਹੋਈ, ਪੈਸੇ ਜਿਹੜੇ ਹੈ ਉਹ ਸੇਫ ਹੈ। ਤਾਂ ਹੁਣ ਗੱਲਬਾਤ ਕਰਾਂਗੇ ਗੁਪਤਾ ਗੈਸ ਏਜੰਸੀ ਦੇ ਮੈਨੇਜਰ ਮਹਿੰਦਰ ਸਿੰਘ ਦੇ ਨਾਲ ਤੇ ਜਾਣਾਂਗੇ ਕਿ ਪੂਰੀ ਵਾਰਦਾਤ ਕੀ ਸੀ, ਕਿੰਨਾ ਕੈਸ਼ ਸੀ ਤੇ ਕਿੰਨਾ ਕੈਸ਼ ਜਿਹੜਾ ਲੁੱਟਿਆ ਗਿਆ ਤੇ ਕਿੰਨਾ ਇਹਨਾਂ ਦੇ ਕੋਲ ਬਚਿਆ, ਸਾਰੀ ਗੱਲਬਾਤ ਇਹਨਾਂ ਦੇ ਨਾਲ ਕਰਾਂਗੇ। ਤਾਂ ਮੇਰੇ ਨਾਲ ਮੌਜੂਦ ਨੇ ਮਹਿੰਦਰ ਜੀ, ਸਵਾਗਤ ਹੈ ਤੁਹਾਡਾ ਸਾਡੇ ਚੈਨਲ 'ਚ। ਪਹਿਲਾਂ ਤਾਂ ਬੜਾ ਅਫਸੋਸ ਹੋਇਆ ਜੀ, ਵਾਰਦਾਤ ਹੋਈ ਹੈ ਤੇ ਵਾਰਦਾਤ ਕਿਸ ਤਰ੍ਹਾਂ ਦੀ ਹੋਈ ਹੈ ਇਹਦੇ ਬਾਰੇ ਸਾਰੀ ਜਾਣਕਾਰੀ ਸਾਡੇ ਦਰਸ਼ਕਾਂ ਤੱਕ ਉਪਲਬਧ ਕਰਵਾਈ। ਇਹਨਾਂ ਰਾਤ ਸਾਡੇ ਬੰਦੇ ਗੜਾਉਣ ਤੋਂ ਕੈਸ਼ ਲੈ ਕੇ ਆ ਰਹੇ ਸੀਗੇ, ਛੋਟੇ ਹਾਥੀ ਤੇ ਜੀ, ਕੈਸ਼ ਲੈ ਕੇ ਗੁਪਤਾ ਜੀ ਦੇ ਘਰ ਦੇਣ ਜਾ ਰਹੇ ਸੀ। ਜਦੋਂ ਫਿਰੋਜ਼ਪੁਰ ਰੋਡ ਤੇ ਟੀ ਪੁਆਇੰਟ ਤੇ ਆ ਕੇ ਮੁੜੇ ਸਿਵਲ ਲਾਈਨ ਨੂੰ, ਉੱਥੇ ਉਹ ਹੈਗੀ ਹੈ ਕੀ ਕਹਿੰਦੇ ਹੁੰਦੇ ਆ ਸਪੀਡ ਬ੍ਰੇਕਰ ਜੀ, ਉੱਥੇ ਦੋ ਬੰਦੇ ਭੱਜ ਕੇ ਆਏ ਗਏ। ਉਹਨਾਂ ਨੇ ਆ ਕੇ ਪਹਿਲਾਂ ਤਾਂ ਕਾਪਾ ਮਾਰਿਆ ਦੇ ਛੋਟੇ ਹੱਥ ਦੇ ਸ਼ੀਸ਼ੇ ਤੇ, ਉਹ ਤੋਂ ਬਾਅਦ ਉਹਨਾਂ ਨੇ ਪਾਈਆਂ ਮਿਰਚਾਂ ਉਹਨਾਂ ਦੋਨਾਂ ਦੇ ਨਾ, ਉਹ ਮਿਰਚਾਂ ਦੀ ਬੁੱਕ ਭਰ ਕੇ ਮਾਰੀ, ਉਹ ਮਿਰਚਾਂ ਅੱਖਾਂ ਦੇ ਪੈ ਗਈਆਂ ਉਹਨਾਂ ਦੇ ਜੀ। ਫਿਰ ਉਹ ਜਿਹੜਾ ਮੁੰਡਾ ਸੋਨੂ ਚਲਾਉਂਦਾ ਸੀ ਇੱਕ ਸਾਈਡ ਤੇ, ਦੂਜਾ ਸਗਰੀਵ ਹੈ ਮੁੰਡਾ, ਉਹ ਕੈਸ਼ ਲੈ ਕੇ ਬੈਠਾ ਸੀ ਸਾਈਡ ਤੇ। ਉਹ ਮੁੜ ਕੇ ਜੋ ਸਗਰੀਵ ਤੋਂ ਕੈਸ਼ ਖੋਣ, ਪਹਿਲਾਂ ਸਗਰੀਵ ਦੇ ਕਾਪਾ ਮਾਰਿਆ ਉਹਨਾਂ ਨੇ ਬਾਰੀ ਤੋਂ, ਜੋ ਕਾਪਾ ਮਾਰਿਆ ਤੇ ਉਹ ਵੱਜਿਆ, ਬਾਰੀ ਸ਼ੀਸ਼ਾ ਖੁੱਲਾ ਸੀ, ਉਹ ਨੀਚੇ ਬਾਰੀ ਦੇ ਉੱਪਰ ਵੱਜਿਆ, ਉਹਨੇ ਇੱਕ ਹੱਥ ਨਾਲ ਫੜ ਕੇ ਉਹ ਕਾਪਾ ਉੱਥੋਂ ਬੋਲਿਆ ਜੀ। ਮੁੜ ਕੇ ਉਹ ਕੈਸ਼ ਉਹਨਾਂ ਨੂੰ ਅੱਖਾਂ 'ਚ ਉਹਦੇ ਮਿਰਚਾਂ ਪਈਆਂ, ਵਿਚਾਰ ਨੂੰ ਦਿਸਣੋਂ ਹਟ ਗਿਆ। ਉਹਨਾਂ ਨੂੰ ਉਹ ਕੈਸ਼ ਖਿੱਚਿਆ ਉੱਤੋਂ, ਸੀ ਪੋਲੀਥਿਨ 'ਚ ਜਿਵੇਂ ਪਲਾਸਟਿਕ ਦਾ ਲਿਫਾਫਾ ਜਿਹਨੂੰ ਕਹਿੰਦੇ ਆਪਾਂ ਜੀ, ਉਹਦੇ 'ਚ ਕੈਸ਼ ਸੀਗਾ, ਕਰੀਬ ਕੋਈ 8-8 ਲੱਖ ਦੇ ਕਰੀਬ ਕੈਸ਼ ਹੋਏਗਾ ਉਹ ਜੀ, ਰਿਜੈਕਟ ਨਹੀਂ ਸੀਗਾ ਮੈਨੂੰ ਪਤਾ। ਉਹ ਰਾਤ ਨੂੰ ਜਿਵੇਂ ਵੀ ਹੋਇਆ ਉਹਨਾਂ ਨੇ ਲਿਫਾਫਾ ਉੱਥੇ ਹੀ ਉਹ ਖਿੱਚਣ ਲੱਗਿਆ, ਫਟ ਗਿਆ, ਕੁਛ ਕੈਸ਼ ਤਾਂ ਨੀਚੇ ਗਿਰ ਗਿਆ, ਟੈਂਪੂ ਤਾਂ ਕੁਛ ਟੈਂਪੂ ਦੇ ਵਿੱਚ ਹੀ ਗਿਰਿਆ ਜੀ। ਉਸ ਤੋਂ ਬਾਅਦ ਮੌਕੇ ਤੇ ਹੀ ਸੁਹੇਲ ਗੁਪਤਾ ਆ ਗਿਆ ਸੀ, ਮਾਲਕ ਆ ਗਿਆ ਸੀਗਾ ਜੀ। ਉਹਨੇ ਮੌਕੇ ਤੇ ਆ ਕੇ ਦੇਖਿਆ, ਜਦੋਂ ਵੀ ਉਹ ਦੋਨੋਂ ਜਣੇ ਹੀ ਮਿਰਚਾਂ ਨਾਲ, ਉਹ ਸੀ ਬੁਰਾ ਹਾਲ ਸੀ ਇਹਨਾਂ, ਉਹ ਕੈਸ਼ ਜਿਹੜਾ ਨੀਚੇ ਡਿੱਗਿਆ ਕੋਈ ਇਕੱਠਾ ਕਰਕੇ ਕੁਛ ਪਾ ਲਿਆ, ਕੁਛ ਟੈਂਪੂ ਸੀ ਰਹਿ ਗਿਆ ਸੀ ਜਿਵੇਂ ਵੀ ਸੀਗਾ।
ਮੁੜ ਕੇ ਵਿਨੋਦ ਗੁਪਤਾ ਜੀ ਵੀ ਆ ਗਏ, ਉਹ ਅਸੀਂ ਲੈ ਕੇ ਚਲੇ ਗਏ ਉਹਨਾਂ ਨੂੰ ਹੋਸਪਿਟਲ ਜੀ। ਉਹਦੇ ਬਾਅਦ ਰਾਤ ਤੋਂ ਸਾਨੂੰ ਪਤਾ ਨਹੀਂ, ਸਾਨੂੰ ਇਹ ਸੀ ਮੇਰਾ ਕੈਸ਼ ਚਲਾ ਗਿਆ, ਦਬਚੇ ਦਾ ਕੈਸ਼ ਜਿਵੇਂ ਲਿਫਾਫਾ ਫਟਿਆ ਉਹ ਨੀਚੇ ਗਿਰ ਗਿਆ ਤੇ ਉਹਨੇ ਕਿਹਾ ਮੇਰਾ ਕੈਸ਼। ਪਰ ਨਹੀਂ, ਕੈਸ਼ ਅਸੀਂ ਅੱਜ ਹੁਣ ਦਿਨੇ ਮਿਲਾਇਆ ਆਪਦਾ ਸਾਰਾ ਕੈਸ਼ ਮਿਲਾਇਆ, ਕੈਸ਼ ਸਾਡਾ ਨਹੀਂ ਗਿਆ, ਬਚ ਗਿਆ ਸਾਰਾ ਜੀ। ਫਿਲਰ ਜ਼ਰੂਰ ਗਿਆ, ਕੁਛ ਟੈਂਪੂ ਦੇ ਵਿੱਚ ਸੀ ਕੁਛ ਬਾਹਰ ਸੀ, ਕੈਸ਼ ਬਚ ਗਿਆ। ਪਰ ਬੰਦਿਆਂ ਨੇ ਉਹ ਜਿਹੜੀ ਵਾਰਦਾਤ ਕੀਤੀ ਹੈਗੀ ਉਹ ਪਤਾ ਤੁਹਾਨੂੰ, ਰਾਤ ਦੇ ਹੋਸਪਿਟਲ ਐਡਮਿਟ ਕਰਾਏ ਹੋਏ ਸੀਗੇ, ਡਾਕਾ ਲੱਗਾ ਸੀ ਜੀ। ਹੁਣ ਪੁਲਿਸ ਦੀ ਕਾਰਗੁਜ਼ਾਰੀ ਨੂੰ ਲੈ ਕੇ ਕੀ ਕਹੋਗੇ? ਜਿਵੇਂ ਪੁਲਿਸ ਆਪਣੇ ਤੌਰ ਤੇ ਐਫਰਟ ਬਹੁਤ ਕਰੀ ਜਾਂਦੀ ਹੈ ਜੀ, ਹੁਣ ਤਾਂ ਟਾਈਮ ਤਾਂ ਲੱਗੇਗਾ ਲੱਭਣ ਨੂੰ, ਜਿਵੇਂ ਹੁਣ ਸੀਸੀਟੀਵੀ ਵੇਖਦੇ ਪਏ ਨੇ ਸਾਰਾ ਕਰੀ ਜਾਂਦੇ ਨੇ, ਪੁਲਿਸ ਆਪਦੀ ਕਾਰਵਾਈ ਕਰੀ ਜਾਂਦੀ ਹੈ ਜੀ। ਬਾਕੀ ਤਾਂ ਹੁਣ ਟਾਈਮ ਲੱਗੇਗਾ, ਦੇਖੋ ਕੀ ਹੁੰਦਾ ਜੀ। ਤਾਂ ਬਿਲਕੁਲ ਮਹਿੰਦਰ ਸਿੰਘ ਜੀ ਨੇ ਜਾਣਕਾਰੀ ਦਿੱਤੀ ਕਿ ਵਾਰਦਾਤ ਹੋਈ ਹੈ, ਲੇਕਿਨ ਕੈਸ਼ ਜਿਹੜਾ ਉਹ ਬਚ ਗਿਆ, ਕੁਛ ਕੈਸ਼ ਜਿਹੜਾ ਉਹ ਸੜਕ ਤੇ ਗਿਰ ਗਿਆ ਸੀ ਅਤੇ ਕੁਛ ਕੈਸ਼ ਜਿਹੜਾ ਉਹ ਛੋਟਾ ਹਾਥੀ ਜੋ ਲੈ ਕੇ ਜਾ ਰਹੇ ਸੀ, ਉਹ ਜਿਸ ਦੇ ਵਿੱਚ ਕੈਸ਼ ਲੈ ਕੇ ਜਾ ਰਹੇ ਸੀ ਉਹਦੇ ਵਿੱਚ ਹੀ ਜਿਹੜਾ ਖਿੰਡ ਗਿਆ ਸੀ। ਤਾਂ ਉਸ ਤੋਂ ਬਾਅਦ ਜਿਹੜਾ ਮਾਲਕ ਮੌਕੇ ਤੇ ਪਹੁੰਚ ਗਏ, ਉਹਨਾਂ ਵੱਲੋਂ ਕੈਸ਼ ਨੂੰ ਸੜਕ ਤੋਂ ਚੱਕ ਲਿਆ ਗਿਆ। ਸਵੇਰੇ ਜੇ ਛੋਟਾ ਹਾਥੀ ਦੇਖਿਆ ਗਿਆ ਤਾਂ ਉਸਦੇ ਵਿੱਚੋਂ ਵੀ ਕੈਸ਼ ਜਿਹੜਾ ਮਿਲ ਗਿਆ। ਤਾਂ ਬਿਲਕੁਲ ਲੁੱਟ ਦੀ ਵਾਰਦਾਤ ਦੀ ਕੋਸ਼ਿਸ਼ ਜ਼ਰੂਰ ਕੀਤੀ ਗਈ ਹੈ, ਲੇਕਿਨ ਜਿਹੜੀ ਲੁੱਟ ਨੂੰ ਬਚਾ ਲਿਆ ਗਿਆ, ਕੈਸ਼ ਜਿਹੜਾ ਬਚ ਗਿਆ। ਤਾਂ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਪਰਚਾ ਵੀ ਦਰਜ ਕੀਤਾ ਗਿਆ ਤੇ ਜਿਸ ਦੀ ਜਾਂਚ ਜਿਹੜੀ ਹੈ ਥਾਣਾ ਸਿਟੀ ਦੇ SHO ਲੇਖਰਾਜ ਪੱਟੀ ਵੱਲੋਂ ਕੀਤੀ ਜਾ ਰਹੀ ਹੈ। ਇਹਨਾਂ ਵੱਲੋਂ ਪਹਿਲਾਂ ਵੀ ਕਈ ਮਸਲਿਆਂ ਨੂੰ ਹੱਲ ਕੀਤਾ ਗਿਆ ਤੇ ਵੱਡੀਆਂ ਵੱਡੀਆਂ ਵਾਰਦਾਤਾਂ ਨੂੰ ਸੁਲਝਾਇਆ ਗਿਆ। ਤਾਂ ਇਸ ਵਾਰਦਾਤ ਨੂੰ ਵੀ ਇਹਨਾਂ ਵੱਲੋਂ ਇਸ ਵਾਰਦਾਤ ਦੀ ਵੀ ਜਿਹੜੀ ਜਾਂਚ ਹੈ ਉਹ ਸ਼ੁਰੂ ਕਰ ਦਿੱਤੀ ਗਈ, ਤਾਂ ਜਿਸ ਦਾ ਰਿਜ਼ਲਟ ਜਿਹੜਾ ਜਲਦੀ ਸਾਹਮਣੇ ਆਏਗਾ। ਤਾਂ ਇਸੇ ਤਰ੍ਹਾਂ ਹੀ ਨਵੀਆਂ ਨਵੀਆਂ ਅਪਡੇਟ ਦੇ ਨਾਲ ਅਸੀਂ ਤੁਹਾਡੇ ਰੂਬਰੂ ਹੁੰਦੇ ਰਹਾਂਗੇ। RB Live Media ਤੁਹਾਡਾ ਆਪਣਾ ਚੈਨਲ।